ਤੁਸੀਂ ਸਰਵਣ ਕਰੋਗੇ ਉੱਥੇ ਗੁਰਮ ਪਿਆਰੇ ਰਾਗੀ ਸਿੰਘਾਂ ਦੀ ਗੁਰ ਪਵਿੱਤਰ ਰਸਨਾ ਤੋਂ ਆਪ ਸੰਗਤਾਂ ਪਵਿੱਤਰ ਬਾਣੀ ਨੂੰ ਜ਼ਰੂਰ ਸਰਵਣ ਕਰੋਗੇ। ਇਸ ਕਰਕੇ ਗੁਰਮੁਖ ਪਿਆਰਿਓ ਸਤ ਸੰਗਤ ਦੇ ਰੂਪ ਵਿੱਚ ਜੁੜ ਕੇ ਬੈਠੇ ਹੋ, ਆਪਣੀਆਂ ਗੱਲਾਂ ਦਾ ਤਿਆਗ ਕਰਦੇ ਹੋਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਜੋ ਦਰਬਾਰ ਸਜਿਆ ਹੋਇਆ ਉਹਦੇ ਵਿੱਚ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ, ਜਿੱਥੇ ਜਿੱਥੇ ਵੀ ਜਗ੍ਹਾ ਕਿਸੇ ਨੂੰ ਮਿਲਦੀ ਹੈ ਭਾਈ ਥੋੜ੍ਹੇ ਸਮੇਂ ਵਾਸਤੇ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੇ ਵਿਚਾਰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦੋ ਜੋ ਬਾਰਾਂ ਮਹਾਂ ਦੇ ਆਪ ਜੀ ਨੇ ਬਾਣੀ ਸਰਵਣ ਕੀਤੀ ਹੈ ਉਹਦੀ ਵਿਚਾਰ ਵੀ ਆਪ ਸੰਗਤਾਂ ਨੇ ਗੁਰਮੁਖ ਪਿਆਰਿਆਂ ਦੀਆਂ ਰਸਨਾ ਨੂੰ ਸਰਵਣ ਕਰਨੀ ਹੈ। ਇਸ ਕਰਕੇ ਦਾਸ ਦੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਭਾਈ ਸ਼ਾਂਤੀ ਦੇ ਨਾਲ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਮੱਥਾ ਟੇਕੀਏ, ਕਿਉਂਕਿ ਆਪਾਂ ਆਪਣੇ ਜੀਵਨ ਦੇ ਮਿਲੇ ਹੋਏ ਸਵਾਸਾਂ ਨੂੰ ਸਫਲ ਕਰਨ ਵਾਸਤੇ ਇਸ ਅਸਥਾਨ 'ਤੇ ਪਹੁੰਚੇ। ਇਸ ਅਸਥਾਨ 'ਤੇ ਆ ਕੇ ਜਿੱਥੇ ਸਵਾਸ ਸਫਲੇ ਹੁੰਦੇ ਨੇ ਉੱਥੇ ਜੀਵਨ ਦੇ ਕੁਛ ਪਲ ਭਾਈ ਜਿਹੜੇ ਗੁਰੂ ਵੱਲੋਂ ਬਖਸ਼ਿਸ਼ ਹੁੰਦੇ ਨੇ ਉਹਨਾਂ ਸਵਾਸਾਂ ਦੀ ਕੀਮਤ ਇਹਨਾਂ ਅਸਥਾਨਾਂ 'ਤੇ ਆ ਕੇ ਪੈ ਜਾਂਦੀ ਹੈ। ਜਿਹੜੇ ਸਵਾਸ ਮਨੁੱਖ ਦੇ ਸੰਸਾਰ ਵਿੱਚ ਸਮਾਜਿਕ ਕਾਰਜਾਂ ਵਿੱਚ ਬਤੀਤ ਹੋਏ ਬੇਅਰਥ ਚਲੇ ਜਾਂਦੇ ਨੇ, ਉਹੀ ਸਵਾਸ ਸਤਿਗੁਰੂ ਜੀ ਦੇ ਦਰਬਾਰ ਵਿੱਚ ਆ ਕੇ ਇਹਨਾਂ ਦੀ ਕੀਮਤ ਭਾਈ ਸੰਸਾਰ ਵਿੱਚ ਸੰਸਾਰੀ ਕਾਰਜਾਂ ਨਾਲੋਂ ਕੀਮਤ ਸਵਾਸਾਂ ਦੀ ਵੱਧ ਮਿਲਦੀ। ਸੋ ਇਸ ਕਰਕੇ ਗੁਰਮੁਖ ਪਿਆਰਿਓ ਅੱਜ ਵਿਸਾਖ ਦਾ ਪਵਿੱਤਰ ਮਹੀਨਾ ਇੱਕ ਸਿੱਖ ਧਰਮ ਦੇ ਵਿੱਚ ਨਹੀਂ ਇਹ ਹਿੰਦੂ ਧਰਮ ਵਿੱਚ ਵੀ ਇਹ ਤਕਰੀਬਨ ਮਹੀਨਾ ਮਨਾਇਆ ਜਾਂਦਾ। ਸੋ ਇਹਦੀ ਪਵਿੱਤਰਤਾ ਹੀ ਸਾਹਿਬ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਹੋਲੇ ਮਹੱਲੇ ਦੀਆਂ ਜਦੋਂ ਸੰਗਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਅਸਥਾਨ ਅਨੰਦਪੁਰ ਸਾਹਿਬ ਦੀ ਡਗਰੀ 'ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਅਤੇ ਉਸ ਪਵਿੱਤਰ ਹੋਲੇ ਮਹੱਲੇ ਦੇ ਤਿਉਹਾਰ 'ਤੇ ਸਤਿਗੁਰੂ ਜੀ ਨੇ ਸਭ ਸੰਗਤਾਂ ਨੂੰ ਸੱਦਾ ਦੇ ਦਿੱਤਾ ਸੀ। ਭਾਈ ਐਤਕੀ ਵਿਸਾਖੀ ਦੇ ਪੁਰਬ 'ਤੇ ਵੱਧ ਚੜ ਕੇ ਸੰਗਤਾਂ ਨੇ ਗੁਰੂ ਕੀ ਨਗਰੀ ਅਨੰਦਪੁਰ ਸਾਹਿਬ ਦੀ ਨਗਰੀ 'ਤੇ ਪਹੁੰਚਣਾ। ਸੋ ਬਹੁਤ ਸਾਰੀਆਂ ਸੰਗਤਾਂ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਤਕਰੀਬਨ 80,000 ਦਾ ਇਕੱਠ ਉਸ ਵੇਲੇ ਭਾਵੇਂ ਬਹੁਤੇ ਵਧੀਆ ਸਾਧਨ ਗੱਡੀਆਂ ਬੱਸਾਂ ਦੇ ਮੋਟਰਾਂ ਦੇ ਸਾਧਨ ਨਹੀਂ ਸਨ, ਪਰ ਫਿਰ ਵੀ ਸਤਿਗੁਰੂ ਜੀ ਦੀ ਬਖਸ਼ਿਸ਼ ਜਿਨ੍ਹਾਂ ਸ਼ਰਧਾਲੂਆਂ 'ਤੇ ਜਾਂ ਜਿਹੜੇ ਗੁਰਮੁਖ ਪਿਆਰੇ ਗੁਰੂ ਦੀ ਸ਼ਰਧਾ ਮਨ ਅੰਦਰ ਰੱਖਦੇ ਸਨ ਗੁਰੂ ਦੇ ਪਿਆਰ ਵਜੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਉਸ ਵੇਲੇ 80,000 ਦਾ ਇਕੱਠ ਦੱਸਿਆ ਅਤੇ ਸੰਗਤਾਂ ਨੇ ਵਿਸਾਖੀ ਦੇ ਤਿਉਹਾਰ 'ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਬਾਹਰ ਦਰਬਾਰ ਸਜਾਇਆ ਹੋਇਆ। ਜਿਹੜੀ ਸਿੱਖੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਸਿੱਖ ਦੀ ਬੁਨਿਆਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਨੀਂਹ ਰੱਖੀ ਸੀ, ਉਸ ਨੂੰ ਸੰਪੂਰਨ ਤਾਈ ਕਰਨ ਦਾ ਸਮਾਂ 1469 ਈਸਵੀ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਜਨਮ ਹੋਇਆ ਅਤੇ ਤਕਰੀਬਨ 1699 ਈਸਵੀ ਵਿਸਾਖੀ 'ਤੇ ਉਹ ਸਿੱਖੀ ਨੂੰ ਸੰਪੂਰਨ ਕਰਨ ਦਾ ਸਮਾਂ ਸਤਿਗੁਰੂ ਜੀ ਦਾ ਲੱਗਿਆ ਕਿ ਸਿੱਖ ਦੇ ਵਿੱਚ ਕੀ ਗੁਣ ਹੋਣੇ ਚਾਹੀਦੇ ਆ, ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਉਹਦੇ ਅੰਦਰ ਕਿਸ ਤਰ੍ਹਾਂ ਦੇ ਗੁਣ ਸਤਿਗੁਰੂ ਵੱਲੋਂ ਭਰੇ ਜਾਣਗੇ ਜਾਂ ਕਿਸ ਤਰ੍ਹਾਂ ਦੇ ਗੁਣ ਗੁਰੂ ਨੇ ਜੋ ਗੁਰਬਾਣੀ ਨੇ ਦੱਸੇ ਨੇ ਉਹ ਸਿੱਖ ਦੇ ਅੰਦਰ ਕਿਸ ਤਰ੍ਹਾਂ ਸਮਾਏ ਜਾ ਸਕਦੇ ਨੇ, ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੇ ਆਮ ਤੌਰ 'ਤੇ ਭੁੱਲੇ ਹੋਏ ਲੋਕ ਸਨ ਜਿਨ੍ਹਾਂ ਨੇ ਗੁਰਬਾਣੀ ਪੜ੍ਹਦਿਆਂ ਜਾਂ ਜਪ ਤਪ ਕਰਦੇ ਹੋਏ ਬਹੁਤ ਸਾਰੇ ਰੇਖੀ ਮੁਨੀ ਬਤਸਬ ਦੇ ਵਿੱਚ ਆ ਕੇ ਗੁਰੂ ਦੀ ਲਾਈਨ ਤੋਂ ਦੂਸਰੀ ਲਾਈਨ ਨੂੰ ਚੱਲੇ ਜਾ ਰਹੇ ਸਨ, ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਸਾਰਿਆਂ ਨੂੰ ਸਿੱਧਾ ਮਾਰਗ ਦੱਸਿਆ ਹੈ। ਕੋਈ ਹਿੰਦੂ ਧਰਮ ਦਾ ਵਿਤਕਰਾ ਨਹੀਂ, ਕੋਈ ਸਿੱਖ ਧਰਮ ਦਾ ਵਿਤਕਰਾ ਨਹੀਂ, ਜਿਹੜਾ ਵੀ ਕਿਸੇ ਮਤ ਦਾ ਕੋਈ ਸਾਧੂ ਸੀ ਉਹ ਸਾਧੂ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਮਤ ਬਖਸ਼ੀ ਅਤੇ ਪਰਮੇਸ਼ਰ ਦੇ ਮਿਲਣ ਦਾ ਮਾਰਗ ਦੱਸਿਆ ਹੈ। ਜਿਹੜੇ ਬਲੀ ਘਰਧਾਰੀ ਬਣ ਕੇ ਹੰਕਾਰੀ ਪੁਰਸ਼ ਸਨ, ਭਾਵੇਂ ਜਪ ਤਪ ਅੰਦਰ ਸੀ ਪਰ ਫਿਰ ਵੀ ਮਤਸਵ ਕਰਕੇ, ਜਿਹੜਾ ਮਤਸਵ ਸੀ ਹੈ ਹਿੰਦੂ ਹੈ ਧਰਮ ਹੈ
धर्म का धर्मां दे पितरे जिस तरह हम धर्मां दी लड़ाई हो रही है इस तरह उस वेले भी बहुत सारे मुतसमी पीर फकीर जिहड़े सन उन्होंने अंदर धर्मां दा मित्रा सी कि सतगुरु नानक देव महाराज ने बली कधारी भर गया इस गल की समत बाकी पाई कि रब का सिमरन करना है रब की बंदगी करनी है कि रब की बंदगी करद्या हो कलूर से सब जग उपजा कौन भले को बंदे संसार में कुछ कोई माड़ा नहीं है धर्म कोई भी हो जिस धर्म के उत्ते कोई कुछ चलता है उस धर्म को कानून के अनुसार वो जोड़े कानून ने उन्होंने कानूनों के नियमों से मनुख चले तो धर्म गुरु दर धर्म प्रवान हो जाता तो इस करके सतगुरु नानक देव महाराज ने बहुत सारे जोड़े पीर फकीर सन या बड़े बड़े राजे महाराजे सन जोड़े धर्म की गलों जानते नहीं सन उस धर्म को सतगुरु नानक देव महाराज ने शुरुआत की उस दूसरे गुरु अंगद देव महाराज ने फिर इस गल से निर्णय लिया कि भाई जिहड़ा सिख गुरु के हुक्म अनुसार चले ये नहीं वे गुरु के चरणों में भी रहा हो गुरु का वचन भी ना मने वो सिख प्रवान नहीं हो सकता जिहड़ा सिख गुरु के हुक्म को मथे ते मन लवे गुरु के वचन को पक्का करके प्रवान कर लवे भाई उसे चलना करे सतगुरु जी कहते उस सिख गुरु के दर से प्रवान होगा कह नानके शरीर प्रवान हुआ जिन सतगुर स्यो चित लाया शरीर का प्रवान हो जाना होर गल किसी महापुरख की संगत हो जानी होर गल प्रवान करा देना ये बिरले बिरले महापुरशा के हिस्से में गल आती है जेडे दरगाह के प्रवान हुए महापुरश होंगे ने वो संसार के जीवन प्रवान कराने के समर्थ होंगे इस करके जोड़ा कोई उन्होंने पुरखों का वचन मनेगा सतगुरु गुरु नानक गुरु अंगद देव महाराज ने यह रंग सिख के भरिया कि हुक्म मनिया होगा प्रवान ता खसमे का महल पाए जे हुक्म मनिया गुरु का प्रवान हो जाए तो खसम के महल में जोड़ा सिख है वह प्राप्ति कर सकता है। तीजे पातशाह गुरु अमरदास महाराज ने एक सब तो वड्डी विशेषता एक रखी है कि जे सिख के अंदर हुक्म मनण की समर्था नहीं है वो भाई हुक्म नहीं मन सकता वो हुक्म गुरु के उत्ते नहीं चल सकता वो सिख फिर गुरु की सेवा करे तो सेवा करके सिख प्रवान हो सकता सतगुरु गुरबाणी में लिखते धन सेवा सेवक प्रवान अंतरजामी पुरख प्रधान जे सिख नूं भाई सुखा की लोड़ है हद पद के सुखा की जरूरत है सतगुरु गुरु अमरदास महाराज ने एक रंग ऐसा सिख के भरिया कि जिहड़ा सिख गुरु का हुक्म नहीं मन सकता वो अंदर समर्था नहीं वो गुरु घर में अपने होमे को त्याग के गुरु घर की सेवा करे गुरु घर के भांडे मांजे गुरु घर में पखा फेरना या पानी ढोना गुरु घर के भाई गुरमुख प्यारे हर जन के पीसण पीस कमावा या चक्की फेरनी ये सेवा निम्रता लिया ने गुरु अमरदास महाराज ने इस गल को सिख के अंदर पूरी तरह प्रपक कर दिता जिहड़ा सिख गुरु का वचन मनण के समर्थ नहीं वो सिख गुरु की सेवा करे सेवा करके गुरु जी सिख प्रवान हो सकता ता सतगुरु जी बाणी में सिख के भाई जिहड़े गुरमुख प्यारे गुर सेवा से सुख उपजे फिर दुख ना लगे आए जमण मरना मिट गया काले का किस ना बसाए हर सिद्धी मन राग रहा सच्चे रहा समाए नानक हम लिहारी तिनको जो चलन सतगुर पाए ये गुरु रामदास महाराज ने चौथे पातशाह गुरु रामदास महाराज ने सिख के अंदर यह गल भर दी भाई जिहड़ा सिख है वह गुरु के घर को जो सोहना बनावेगा गुरु के घर की सेवा करके गुरु के घर को सोहना देखने का यतन करेगा तो गुरु वो हिरदे साफ कर देगा गुरु वो मन की मैल कट देगा तो जिहड़ा गुरु घर की सेवा करेगा गुरु घर में झाड़ू फेरेगा गुरु घर के भांडे मांजेगा जे तो किसी की इच्छा है कोई कोई इच्छा पूरी हो जाती है जे इच्छा कोई नहीं तो सिख का भाई वह हिरदा शुद्ध हो जाता इस तरह सारे गुरु साहबान ने बखरे बखरे गुण समय समय अनुसार जोड़े भी गुरु साहब संसार में आए उन्होंने अपना बखरा बखरा रंग सिख के अंदर भर दिता
सब तो बाद गुरु गोबिंद सिंह साहब जी महाराज ने उस सिख नूं भाई प्रवान किया जिहड़ा सिख गुरु के अपने अगे अपना तन मन ते धन गुरु नूं अर्पण करते हुए गुरु उहदे अंदर अपना आप रख दिंदा मुर्दा होए मरीज तां गुरु मोर सुभावे जिहड़ा सिख जीवदा है जिहड़ा अपना आप गुरु के अगे अर्पण नहीं करदा उहदे अंदर गुरु की बख्शिश तां गुरु की जोत समाउंदी नहीं है। इस करके गुरमुख प्यारियो साहब गुरु गोबिंद सिंह साहब जी महाराज ने विसाखी के पवित्र दिहाड़े से सारे 80,000 के इकट्ठ में एक आवाज़ मारी भाई कोई सिख है जिहड़ा गुरु नूं शीश देवे एक गुरु नूं शीश की जरूरत है। उस वेले भाई भाई दया सिंह भाई धर्म सिंह भाई हिम्मत सिंह भाई मोहकम सिंह भाई साहब सिंह ये बारी बारी सिख उठे ने ते गुरु गोबिंद सिंह साहब जी दे के अपना शीश लै के हाजिर होए ने ते साहिब गुरु गोबिंद सिंह साहब जी महाराज ने उस पवित्र गुरबाणी के वचन बाणी गुरु गुरु है बाणी विच बाणी अमृत सारे गुरबाणी कहे सेवक जन माने प्रतक गुरु निस्तारे इस गुरबाणी में अमृत कढ़ना गुरसिखा दर्शाया इस बाणी में किहड़े अमृत ने जां किहड़ा अमृत गुरबाणी विचों असीं इस तरह कढ सकते हैं वो गुरु गोबिंद सिंह साहब जी ने सारी दुनिया के सामने पहला तो इस गुरबाणी सतगुरु जी ने सारे संसार में एक गल प्रतख करके दस दी भाई गुरबाणी में इन्नी ताकत है ये मरे हुए बंदे तो जीदा करूंगी तो ये बंदे का गल भी कट दिता जाए तद भी गुरबाणी बंदे का गल जोड़ सकती ये इन्नी पावर जिहड़ा कोई मनुख श्रद्धा नाल गुरबाणी पढ़ूगा उहदा जन्म मरण का चक्कर नहीं मुड़ के एक भाई बाले बाणी जन्म साखी के पढ़ते होवोंगे तो सतगुरु नानक देव महाराज जदों कीड़ी देश में गए आ बरदाने ने कहा महाराज इत्थे सूरज नजरी नहीं पैंदा तो सतगुरु नानक देव महाराज कहण लगे बरदानिया इत्थे कीड़ी की बादशाही आ इत्थे कीड़ी जिहड़ा भी कोई जानवर का बच्चा भी आ जाए मनुख आ जाए ये कीड़ियाँ उन्होंने खा जांदियां इस करके इत्थे जानवर जां मनुख ना होण करके इत्थे दरख्त इन्ने सघने हो गए आ कि इत्थे सूरज नजरी नहीं पैंदा। फिर मरदाने के पुछण ते सतगुरु नानक देव महाराज ने वचन किया मरदानिया इत्थे एक बार एक राजा लंघण लग्या सी उहदी तिन्ने पूड़ियां फौज सी तां उह कीड़ी ने राजे नूं कहा राजा जां तां मेरा प्रसादा छक के जां फिर मेरे नाल युद्ध करके जा। उह राजे ने कहा भी युद्ध तूं की करना तूं मेरे नाल युद्ध ही करना मैं प्रसादा नहीं छकना। उस राजे ने फिर अपनी फौज को हुक्म दिता कि घोड़े चाढ़ के कीड़ियां मारना शुरू कर। उस कीड़ी ने अपन जिहड़ियां कीड़ियां सन उहदियां सेवादार सन उन्होंने कहा भाई पताल विचों जहर लैओ जहर लिया के जिहड़े घोड़े नूं लाई जिहड़े राजे नूं लाई उन्हां सारिआं दी मौत हो गई। उस तों बाद राजा कल्ला रह गया। फिर राजे ने बेनती की महाराज उस कीड़ी नूं भी मैं प्रसादा छकदा पर मेरी फौज जिउंदी होनी चाहिए। उस कीड़ी ने फिर कहा पहला मेरा प्रसादा छकना प्रवान कर। फिर उस कीड़ी ने अपनिया कीड़ियां कहा पताल विचों अमृत लैके आओ वो अमृत जिहड़े बंदे नूं जां जिहड़े घोड़े नूं लाया मुड़ के जिउंदा। ते एक इतिहास द्वापर युग के पिछड़े युग के जदों रामचंद्र महाराज के पुत्र लव ते कुश रामचंद्र महाराज का छड़िया हुआ घोड़ा वो वाल्मीकि के शिष्य जिहड़े सन उन्होंने घोड़ा बन लिया तो उस वेले रामचंद्र महाराज की फौज समेत हनुमान अमृतसर की धरती से युद्ध होया। उस वेले युद्ध होने तो बाद लव ते कुश ने माता सीता जी नूं आके दस्सिया कि माता जी अज इदां दा एक असी बंदा मारिया जिहदा मूँह बंदर वर्गा ते फैशन सारा शरीर बंदे का। तो माता जी कहण लगे तुसीं किहड़ा मार दिता। फिर वह हनुमान नूं खिंच के लै के आए जो माता सीता जी ने हनुमान नूं देखिया वो कहण लगे तो तुसीं सारी अपनी फौजें मार दित्ती। फिर वह माता सीता जी देवलोक विचों अमृत लै के आए वो अमृत सारी फौज के मूँह में पाया तो सारे सुरजीत कर दिए। उहदे तों बाद गुरु गोबिंद सिंह साहिब जी महाराज ने कलयुग दे विच इह अमृत गुरबाणी विचों कढ़िया जिहड़ा मनुख दा भाई दया सिंह दा गल वढ़िया भाई धर्म सिंह दा सीस वढ़िया
ਇਹ ਨਹੀਂ ਪਤਾ ਵੀ ਕਿਹੜਾ ਗਰਦਨ ਕਿਹੜੀ ਗਰਦਨ ਦੇ ਨਾਲ ਕਿਹੜਾ ਸੀਸ ਜੁੜਦੇ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਕੱਲੇ ਇਕੱਲੇ ਸੀਸ ਨੂੰ ਧੜਾਂ ਦੇ ਨਾਲ ਜੋੜ ਕੇ ਰੱਖ ਕੇ ਫਿਰ ਗੁਰਬਾਣੀ ਪੜ੍ਹ ਕੇ ਜਿਹੜੀਆਂ ਬਾਣੀਆਂ ਸਤਿਗੁਰੂ ਜੀ ਨੇ ਪੜ੍ਹੀਆਂ ਉਹ ਬਾਣੀਆਂ ਤੁਸੀਂ ਸਾਰੇ ਜਾਣਦੇ ਹੋ। ਉਹ ਬਾਣੀ ਪੜ੍ਹ ਕੇ ਸਤਿਗੁਰੂ ਜੀ ਨੇ ਖੰਡਾ ਫੇਰ ਕੇ ਉਹ ਇੱਕ ਬਾਣੀ ਪੜ੍ਹ ਕੇ ਇੱਕ ਇੱਕ ਸਰੀਰ ਦੇ ਉੱਤੇ ਪੰਜ ਵਾਰ ਅੱਖਾਂ ਵਿੱਚ ਛਿੱਟੇ ਮਾਰੇ, ਪੰਜ ਵਾਰ ਸਾਧਸਿੰਘ ਜੀ ਮੂੰਹ ਪੰਜ ਚੂੜੇ ਮੂੰਹ ਵਿੱਚ ਪਾਏ, ਪੰਜ ਚੂੜੇ ਸੀਸ ਦੇ ਵਿੱਚ ਪਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇੱਕ ਇੱਕ ਸਿੱਖ 'ਤੇ 15-15 ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਕਾਰਾ ਸਤਿਗੁਰੂ ਜੀ ਨੇ ਬੋਲਿਆ। 15ਵੀਂ ਵਾਰ ਉਹੀ ਸਿੱਖ ਉੱਠ ਕੇ ਸਤਿਗੁਰੂ ਜੀ ਦੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਉਹ ਸਿੱਖ ਨੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 50 ਸਿੱਖਾਂ 'ਤੇ 75 ਵਾਰੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਅਤੇ ਉਹ 5 ਸਿੱਖ ਮੁੜ ਕੇ ਹਾਜ਼ਰ ਜਿਉਂਦੇ ਖੜ੍ਹੇ ਕਰ ਦਿੱਤੇ ਸਾਧ ਸੰਗਤ ਜੀ। ਇਹ ਇੱਕ ਗੱਲ ਪ੍ਰਤੱਖ ਕਰ ਦਿੱਤੀ ਜਿਹੜੀ ਤੁਸੀਂ ਰੋਜ਼ ਸੁਣਦੇ ਹੋਵੋਗੇ, ਬਾਹੋ ਬਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਗੁਰੂ ਚੇਲੇ ਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਚੇਲਾ ਬਣ ਗਿਆ, ਨਹੀਂ, ਇਹ ਗੱਲ ਤਾਂ ਆਮ ਤੌਰ 'ਤੇ ਰਾਗੀ ਢਾਡੀ ਪ੍ਰਚਾਰਕ ਇਸ ਗੱਲ ਨੂੰ ਦਰਸਾਉਂਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜਾਂ ਤੋਂ ਅੰਮ੍ਰਿਤ ਛਕਿਆ ਅਤੇ ਉਹ ਚੇਲੇ ਬਣ ਗਏ। ਨਹੀਂ, ਗੁਰਮੁਖ ਪਿਆਰਿਓ ਉਹੀ ਜਿਹੜਾ ਗੁਰੂ ਦਾ ਸਰੂਪ ਸੀ, ਗੁਰੂ ਨੇ ਆਪਣਾ ਆਪ ਜਿਸ ਸਿੱਖ ਨੇ ਸੀਸ ਗੁਰੂ ਨੂੰ ਦਿੱਤਾ, ਗੁਰੂ ਨੇ ਆਪਣਾ ਆਪ ਉਹ ਸਿੱਖ ਦੇ ਅੰਦਰ ਰੱਖਿਆ। ਜਿਹੜਾ ਸਰੀਰ ਗੁਰੂ ਦਾ ਸੀ ਉਹੀ ਸਰੀਰ ਚੇਲੇ ਦਾ ਬਣ ਗਿਆ, ਇਹ ਕੋਈ ਫਰਕ ਨਹੀਂ ਰੱਖਿਆ। ਫਿਰ ਗੁਰੂ ਨੇ ਆਪਣਾ ਆਪ ਗੁਰੂ ਸਿੱਖ ਦੇ ਅੰਦਰ ਰੱਖ ਕੇ ਇਸ ਗੱਲ ਨੂੰ ਪ੍ਰਫਾਕ ਕੀਤਾ, ਜੋ ਗੁਰੂ ਦਾ ਸਰੀਰ ਸੀ ਉਹੀ ਸਰੀਰ ਗੁਰੂ ਦਾ ਸਾਹਮਣੇ ਸਿੱਖ ਖੜ੍ਹੇ ਨੇ, ਉਸੇ ਤਰ੍ਹਾਂ ਦਾ ਰੂਪ ਬਣਾ ਕੇ ਹਰ ਹਰ ਜਨ ਦੋਏ ਏਕ ਹੈ ਵਿੱਤ ਵਿਚਾਰ ਪਛਤਾਹੇ, ਜਲ 'ਤੇ ਉਪਜ ਤਰੰਗ ਜਿਉਂ ਜਲ ਹੀ ਕਿਫੇ ਸਮਾਹੇ। ਜਿਹੜਾ ਰੂਪ ਗੁਰੂ ਦਾ ਸੀ ਉਹੀ ਚੇਲਿਆਂ ਨੂੰ ਰੂਪ ਬਖਸ਼ ਦਿੱਤਾ, ਉਹੀ ਰੂਪ ਆਪਣੇ ਸੇਵਕਾਂ ਨੂੰ ਬਖਸ਼ ਦਿੱਤਾ। ਜਿਹੜੀ ਗੱਲ ਫਿਰ ਗੁਰੂ ਕਰਦਾ ਸੀ, ਜਿਹੜੀ ਗੱਲ ਗੁਰੂ ਨੇ ਆਪਾਂ ਤਿਆਰ ਕਰਕੇ ਸਿੱਖਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੀਵਨ ਬਖਸ਼ਿਆ, ਉਹੀ ਜੀਵਨ ਫਿਰ ਅੱਗੇ ਤੋਂ ਜੀਵਨ ਵਾਲੇ ਗੁਰਮੁਖ ਭਾਈ ਦਇਆ ਸਿੰਘ ਜੀ ਤੋਂ ਸੰਪਰਦਾ ਚੱਲੀਆਂ, ਭਾਈ ਧਰਮ ਸਿੰਘ ਜੀ ਤੋਂ ਸੰਪਰਦਾ ਚੱਲੀਆਂ ਅਤੇ ਅੱਗੇ ਤੋਂ ਅੱਗੇ ਬੜੇ ਬੜੇ ਮਹਾਂਪੁਰਸ਼ ਪ੍ਰਵਾਨਜੀਵ ਮਹਾਂਪੁਰਸ਼ ਹੋਏ, ਜਿਹੜੇ ਗੁਰੂ ਨਾਨਕ ਦਾ ਰੂਪ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰੂਪ, ਬਾਬਾ ਜਵਾਲਾ ਸਿੰਘ ਜੀ ਵਰਗੇ ਮਹਾਂਪੁਰਸ਼ ਹੋਏ। ਇਹ ਗੁਰੂ ਚੇਲੇ ਦੀ ਗੱਲ ਹੈ, ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣਾ ਸਰੂਪ ਸਿੱਖਾਂ ਨੂੰ ਬਖਸ਼ਿਆ, ਜਿਹੜੀ ਆਪਣੇ ਅੰਦਰ ਬਖਸ਼ਿਸ਼ ਸੀ ਉਹ ਸਿੱਖਾਂ ਨੂੰ ਦੇ, ਗੁਰੂ ਦਾ ਸਿੱਖ ਦਾ ਫਰਕ ਕੋਈ ਨਹੀਂ ਰਿਹਾ। ਇਸ ਕਰਕੇ ਗੁਰਮੁਖ ਪਿਆਰਿਓ ਉਹ ਸਿੱਖ ਬਣਨੇ ਬਹੁਤ ਬਿਰਲੇ ਬਿਰਲੇ ਜਿਹੜੇ ਗੁਰੂ ਦੇ ਹੁਕਮ ਅਨੁਸਾਰ ਤੁਰਦੇ ਨੇ, ਉਹਨਾਂ ਨੂੰ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ, ਉਹ ਸਿੱਖਾਂ ਨੂੰ ਗੁਰੂ ਵਾਲੀ ਬਖਸ਼ਿਸ਼ ਬਖਸ਼ ਦਿੰਦੇ ਨੇ। ਸੋ ਅੱਜ ਦਾ ਦਿਨ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵਿਸਾਖੀ ਦੇ ਤਿਉਹਾਰ 'ਤੇ ਸਿੱਖੀ ਨੂੰ ਸੰਪੂਰਨਤਾ ਹੀ ਬਖਸ਼ੀ। ਗੁਰਮੁਖ ਪਿਆਰਿਓ ਖਾਲਸੇ ਦਾ ਜਨਮ ਦਿਨ ਨਹੀਂ ਕਿਹਾ ਜਾ ਸਕਦਾ, ਜਨਮ ਤਾਂ ਖਾਲਸੇ ਦਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਹੋ ਗਿਆ ਸੀ। ਇਹ ਖਾਲਸੇ ਦਾ ਆਖਰੀ ਸਰੂਪ ਸਿੱਖੀ ਸਰੂਪ ਖਾਲਸੇ ਨੂੰ ਬਖਸ਼ਣਾ, ਸਿੱਖੀ ਨੂੰ ਸੰਪੂਰਨ ਕਰ ਦੇਣਾ, ਸਿੱਖ ਨੂੰ ਸੰਪੂਰਨ ਪੂਰਾ ਕਰ ਦੇਣਾ, ਇਹ ਅੱਜ ਦਾ ਦਿਨ ਉਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਹੜੀ ਸਿੱਖੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ੁਰੂ ਕੀਤੀ ਸੀ, ਉਹ ਸਿੱਖੀ ਨੂੰ ਸੰਪੂਰਨ ਕਰਨ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 1699 ਦੀ ਵਿਸਾਖੀ ਉਹ ਸਿੱਖ ਨੂੰ ਸੰਪੂਰਨ ਕਰਕੇ ਦੁਨੀਆਂ ਦੇ ਸਾਹਮਣੇ ਦਿਖਾ ਦਿੱਤਾ। ਭਾਈ ਜੋ ਗੁਰੂ ਸੀ ਜਿਹੜੇ ਹੁਕਮ ਮੰਨਣ ਵਾਲੇ ਸਿੱਖ ਸਨ ਉਹ ਵੀ ਗੁਰੂ ਦਾ ਰੂਪ ਹੀ ਹੋ ਗਏ। ਸੋ ਇਸ ਕਰਕੇ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਸਤਿਗੁਰੂ ਜੀ ਨੇ ਵਿਸਾਖ ਮਹੀਨੇ ਦੇ ਵਿੱਚ ਵਿਸਾਖ ਮੀਰਨ ਤੋਂ ਵਾਢੀ ਇਹਨਾਂ ਪ੍ਰੇਮ ਵਿੱਚੋਂ ਇਹ ਮਹੀਨਾ ਜਿਹੜਾ ਸਾਧ ਸੰਗਤ ਜੀ ਵੈਸੇ ਵੀ ਪਵਿੱਤਰ ਹੈ ਕਿਉਂਕਿ ਇਸ ਮਹੀਨੇ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਵੀ, ਜਿਹੜਾ 4 ਮਈ ਨੂੰ ਗੜ ਸ਼ੰਕਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਪਰਿਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ, ਉਹ ਤਕਰੀਬਨ 21 ਵਿਸਾਖ 4 ਮਈ ਨੂੰ ਇਸ ਵਾਰ ਵੀ ਉਹ ਦਿਨ ਗੜ ਸ਼ੰਕਰ ਮਨਾਇਆ ਜਾਵੇਗਾ। ਸੋ ਇਹ ਮਹੀਨਾ ਇਸ ਕਰਕੇ ਵੀ ਸਾਡਾ ਬਹੁਤ ਪਵਿੱਤਰ ਮਹੀਨਾ ਹੈ ਕਿ ਸੰਤ ਬਾਬਾ ਜਵਾਲਾ ਸਿੰਘ ਜੀ ਵਰਗੇ ਮਹਾਂਪੁਰਖ ਜਿਨ੍ਹਾਂ ਦਾ ਜਨਮ ਦਿਨ ਇਸ ਮਹੀਨੇ ਵਿੱਚ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਵਿਸਾਖ ਮੀਨ ਕਿਉਂ ਵਾਢੀ ਆ, ਇਹਨਾਂ ਪ੍ਰੇਮ ਵਿੱਚੋਂ
ਜਿਹਨਾਂ ਦੇ ਪ੍ਰੇਮ ਵਿਛੋੜੇ ਪਰਮੇਸ਼ਰ ਨਾਲ, ਜਿਹਨਾਂ ਦਾ ਪ੍ਰੇਮ ਪਰਮੇਸ਼ਰ ਨਾਲ, ਪਹਿਲੀ ਗੱਲ ਤਾਂ ਪ੍ਰੇਮ ਬਣਦਾ ਹੀ ਨਹੀਂ, ਜਿਹਦਾ ਬਣਿਆ ਨਹੀਂ ਤਾਂ ਉਹਦਾ ਟੁੱਟਦਾ ਨਹੀਂ। ਇਸ ਕਰਕੇ ਫਿਰ ਜਦ ਕਮੀ ਰਹਿ ਜਾਂਦੀ ਹੈ ਉਹ ਫਿਰ ਪ੍ਰੇਮ ਟੁੱਟ ਜਾਂਦਾ। ਜਿੰਨਾ ਚਿਰ ਕਮੀ ਕੋਈ ਨਾ ਹੋਵੇ ਤਾਂ ਪ੍ਰੇਮ ਟੁੱਟਦਾ ਨਹੀਂ। ਸਿੱਖ ਦੇ ਵਿੱਚ ਕਮੀ ਕੋਈ ਨਾ ਕੋਈ ਆ ਜਾਂਦੀ ਹੈ। ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ। ਜਿਹੜਾ ਸਿੱਖ ਰਹਿਤ ਨਹੀਂ ਰੱਖਦਾ ਮੇਰਾ ਸਿੱਖ ਨਹੀਂ। ਸਤਿਗੁਰੂ ਬਾਣੀ ਵਿੱਚ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲਿਖਦੇ ਹਨ, ਜਬ ਤੱਕ ਖਾਲਸਾ ਰਹੇ ਪਿਆਰਾ ਤਬ ਤੱਕ ਤੇਜ ਤੀਓ ਮੈਂ ਸਾਰਾ, ਜਬ ਇਹ ਕਹੇ ਵਿਪੁਰਨ ਕੀ ਰੀਤ ਤੋ ਮੈਂ ਨਾ ਕਰੂੰ ਇਨਕੀ ਪ੍ਰਤੀ, ਜਿੰਨਾ ਚਿਰ ਖਾਲਸਾ ਨਿਆਰਾ ਰਹੇ। ਪਰ ਭਾਈ ਹੁਣ ਦੇਖੋ ਨਿਆਰੇ ਤੁਹਾਨੂੰ ਬਹੁਤ ਘੱਟ ਮਿਲਣ, ਸਾਰੇ ਖਾਲਸੇ ਦੁਨੀਆਂ ਦੇ ਵਿੱਚ ਰਲੇ ਹੋਏ। ਜੇ ਦੁਨੀਆਂ ਝੂਠ ਖਾਂਦੀ ਹੈ ਤਾਂ ਅੰਮ੍ਰਿਤਧਾਰੀ ਵੀ ਝੂਠ ਨਾਲੇ ਖਾਈ ਹੈ। ਨਿਆਰਾਪਣ ਖਾਲਸੇ ਦਾ ਜਿਹੜੇ ਬਿਰਲੇ ਬਿਰਲੇ ਗੁਰੂ ਦੇ ਖਾਲਸੇ ਨਿਆਰੇ ਵੀ ਹਨ। ਅਤੇ ਸਤਿਗੁਰੂ ਜੀ ਕਹਿੰਦੇ ਤਬ ਤੱਕ ਤੇਜ ਦੀਓ ਮੈਂ ਸਾਰਾ, ਕਿਹੜਾ ਖਾਲਸਾ ਨਿਆਰਾ ਰੂਪ, ਤੜਕੇ ਉੱਠ ਕੇ ਪਾਣੀ ਪੜੂਗਾ, ਠੰਡੇ ਪਾਣੀ ਦਾ ਇਸ਼ਨਾਨ ਕਰੂਗਾ, ਬਾਈ ਝੂਠ ਕਿਸੇ ਦੀ ਖਾਊਗਾ ਨਹੀਂ। ਇਹ ਖਾਲਸੇ ਦੇ ਨਿਆਰੇਪਣ ਦੀਆਂ ਨਿਸ਼ਾਨੀਆਂ। ਇਹ ਨਿਆਰਾਪਣ ਉਹ ਹੁੰਦਾ ਕਿ ਕਿਸੇ ਨਾਲੋਂ ਵੱਖਰੇ ਰਹਿਣ, ਸੰਸਾਰ ਨਾਲੋਂ ਵੱਖਰੇ ਰਹਿਣ। ਜੇ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਵਾਲੀ ਰੀਤ ਰੱਖਣੀ ਹੈ ਤਾਂ ਸਾਧ ਸ਼ਕਤੀ ਨਿਆਰਾਪਣ ਕੋਈ ਨਹੀਂ। ਅਤੇ ਜਦੋਂ ਖਾਲਸੇ ਦੀ ਜਿਹੜੀ ਰੀਤ ਹੈ ਉਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖਾਂ ਨੂੰ, ਸਤਿਗੁਰੂ ਜੀ ਨੇ ਸਿਰਫ ਇੱਕ ਜੇ ਝੂਠ ਸਾਂਝੀ ਕੀਤੀ ਸੀ ਤਾਂ ਜਿਹੜੇ ਸਿੱਖ ਅੰਮ੍ਰਿਤਧਾਰੀ ਸਨ, ਜਿਹੜੇ ਗੁਰੂ ਦੇ ਅਰਪਣ ਹੋ ਚੁੱਕੇ ਸਨ, ਉਹਨਾਂ ਦੀ ਝੂਠ ਇੱਕ ਦੂਜੇ ਨੂੰ ਫੜਾਈ। ਬਾਕੀ ਸਾਰਿਆਂ ਦੀ ਝੂਠ ਕਿਸੇ ਨੂੰ ਇਹ ਨਹੀਂ ਵੀ ਆਰਡਰ ਦਿੱਤਾ ਵੀ ਤੁਸੀਂ ਹਰੇਕ ਦੀ ਝੂਠ ਖਾਈ, ਨਹੀਂ। ਗੁਰਮੁਖੋ ਧਿਆਨ ਰੱਖਿਆ ਕਰੋ, ਜਿਹੜੇ ਅੰਮ੍ਰਿਤਧਾਰੀ ਆ ਉਹ ਪੈਸਾ ਪੂਸਾ ਵਿੱਚ ਮੇਜਾ 'ਤੇ ਖੜ ਕੇ ਨਾ ਖਾਇਆ, ਜਿਹੜਾ ਖੜ ਕੇ ਖਾਣਗੇ ਉਹ ਗੁਰੂ ਦੇ ਦਰਬਾਰ ਸਾਹਿਬ ਸੱਚੀ ਉਹ ਵਿਪਰਨ ਕੀ ਰੀਤ ਹੈ, ਉਹ ਗੁਰੂ ਦੇ ਕਹੇ ਤੋਂ ਆਸ਼ਰ ਉਲਟ ਚੱਲਦੇ। ਸਿਰਫ ਇੱਕ ਵਕਤਾਂ 'ਚ ਰਹਿ ਗਈਆਂ ਤਾਂ ਮਹਾਂਪੁਰਖਾਂ ਦੇ ਸਥਾਨਾਂ 'ਤੇ ਰਹਿ ਗਈ, ਤੁਹਾਡੇ ਸਿੱਖਾਂ ਦੇ ਘਰੀ ਕਿਸੇ ਦੇ ਘਰ ਵਕਤ ਨਹੀਂ ਰਹੀਆਂ। ਕਿਸੇ ਦਾ ਸਹਿਜ ਪਾਠ ਹੋਵੇ, ਕਿਸੇ ਦਾ ਅਖੰਡ ਪਾਠ ਹੋਵੇ, ਜਾਂ ਕਿਸੇ ਦੇ ਵਿਆਹ ਸ਼ਾਦੀ ਹੋਵੇ, ਤਾਂ ਸਭ ਗੁਰਮੁਖ ਪਿਆਰੇ ਸਰੂਪ ਦੇ ਇੱਥੇ ਹੋ ਗਈ ਆ, ਸੰਗਤ ਬੰਦ ਹੋ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ 10-15 ਦਿਨ ਦੀ ਪਵਿੱਤਰ ਬਾਣੀ ਵਿੱਚ ਲਿਖਦੇ ਆ ਕਿ ਭਾਈ ਸੰਕਰ ਵਰਤ ਹੋ ਚੁੱਕੀ, ਕੋਈ ਬ੍ਰਾਹਮਣ ਦਾ ਤਾਂ ਸ਼ੂਦਰ ਦਾ ਫਰਕ ਨਹੀਂ ਲੱਗੂਗਾ, ਕੋਈ ਪਤਾ ਨਹੀਂ ਲੱਗੂਗਾ, ਇਹ ਇਕੱਠੇ ਹੋ ਕੇ ਖਾਣਗੇ ਸਾਰੇ। ਇਸ ਕਰਕੇ ਗੁਰਮੁਖ ਪਿਆਰਿਓ ਸਤਿਗੁਰੂ ਜੀ ਕਹਿੰਦੇ, ਜਦ ਤੱਕ ਖਾਲਸਾ ਰਹੇ ਪਿਆਰਾ ਤਬ ਤੱਕ ਤੇਜ ਦੀਓ ਮੈਂ ਸਾਰਾ, ਜਦ ਇਹ ਕਹੇ ਵਿਪਰਨ ਦੀ ਰੀਤ ਤੜਕੇ ਉੱਠ ਕੇ ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਕਿਸੇ ਦੀ ਝੂਠ ਨਹੀਂ ਖਾਣੀ, ਕਿਸੇ ਦਾ ਹੱਕ ਨਹੀਂ ਖਾਣਾ, ਗੁਰਮੁਖ ਪਿਆਰਿਓ ਸੋਚਮ ਰੱਖਣੀ ਹੈ, ਇਹ ਖਾਲਸੇ ਦੀਆਂ ਵੱਖਰੀਆਂ ਰੀਤਾਂ ਨੇ। ਤੁਸੀਂ ਜਿੰਨੇ ਵੀ ਮਹਾਂਪੁਰਸ਼ ਹੋਏ ਨੇ ਉਹਨਾਂ ਸਥਾਨਾਂ 'ਤੇ ਜਾ ਕੇ ਰੀਤ ਦੇਖੋ, ਕਿਸੇ ਮਹਾਂਪੁਰਖ ਦੇ ਸਥਾਨ 'ਤੇ ਲੰਗਰ ਵਿੱਚ ਜ਼ਰੂਰ ਨਹੀਂ ਕੀਤੀ ਜਾਂਦੀ, ਵੱਖਰੇ ਪਹਾੜ ਕੇ ਥੱਲੇ ਪੰਗਤਾਂ ਲਾ ਕੇ ਛਕਾਈਆਂ ਜਾਂਦੀਆਂ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰੀਤ ਹੈ। ਆਪ ਹੁਣ ਸਾਰੇ ਜਿੰਨੇ ਸਿੱਖ ਤੁਸੀਂ ਪਾਉਣੇ ਪਾਉਣ, ਜੇ ਤੁਸੀਂ ਕਹੋ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਅਤੇ ਸਾਧ ਸੰਗਤ ਤੁਸੀਂ ਜੂਲ ਖਾਂਦੇ, ਫਿਰ ਉਹ ਲੋਕਾਂ ਨਾਲ ਵਿੱਚੇ ਸਿੱਖਾਂ ਪੀਣ ਵਾਲਾ ਘੱਟ ਕੜਸੀ ਲਾਈ ਜਾਂਦਾ, ਵਿੱਚੇ ਅੰਮ੍ਰਿਤਧਾਰੀ ਲਾਈ ਜਾਂਦਾ, ਕੋਈ ਖਾਲਸੇ ਦੀ ਵੱਖਰੀ ਨੀਤੀ ਨਹੀਂ ਹੈ। ਜਿਹੜੇ ਵੱਖਰੇ ਰਹਿਣਗੇ ਉਹ ਖਾਲਸਾ ਨਿਆਰਾ, ਨਿਆਰੇ ਦਾ ਹੁੰਦਾ ਵੱਖਰਾ। ਜਦ ਤੱਕ ਖਾਲਸਾ ਰਹੇ ਨਿਆਰਾ ਸਾਰਿਆਂ ਤੋਂ ਨਿਆਰੀ ਨੀਤ ਰਹੂਗੀ, ਤਬ ਤੱਕ ਤੇਜ ਜੀ ਤੋਂ ਮੈਂ ਸਾਰਾ। ਸੋ ਸਤਿਗੁਰੂ ਜੀ ਕਹਿੰਦੇ ਭਾਈ ਵੈਸਾਖ ਜੀਵਨ ਕਿਉਂ ਵੱਢ, ਇਹਨਾਂ ਦਾ ਪ੍ਰੇਮ ਗੁਰੂ ਨਾਲ ਲੱਗਿਆ ਹੀ ਨਹੀਂ ਤਾਂ ਉਹਨਾਂ ਦਾ ਟੁੱਟਣੇ ਦਾ ਮਤਲਬ ਕੋਈ ਨਹੀਂ ਹੈ, ਟੁੱਟਿਆ ਹੀ ਹੋਇਆ। ਪਰ ਜਿਨ੍ਹਾਂ ਦਾ ਲੱਗਿਆ ਸੀ, ਜਿਹੜੇ ਮਾੜੇ ਮੋਟੇ ਗੁਰੂ ਬਚ ਪੂਰੇ ਸੀ, ਜਦ ਉਹਨਾਂ ਦਾ ਪ੍ਰੇਮ ਦਾ ਵਿਛੋੜਾ ਪਿਆ, ਦੂਜੇ ਪਾਸੇ ਤਰੀਤ ਉਹਨਾਂ ਨੇ ਫੜ ਲਈ, ਤਾਂ ਸਤਿਗੁਰੂ ਜੀ ਕਹਿੰਦੇ ਵੈਸਾਖ ਜੀਵਨ ਕਿਉਂ ਵੱਢੀ ਆ, ਜਿਹਨਾਂ ਪ੍ਰੇਮ ਵਿਛੋ, ਜਿਹਨਾਂ ਨੂੰ ਪ੍ਰੇਮ ਦਾ ਵਿਛੋੜਾ ਪੈ ਜਾਣ, ਜਿਹੜੇ ਭਾਈ ਧਰਮ ਤੋਂ ਉਲਟ ਨੀਤੀ ਨੂੰ ਤੁਰ ਜਾਣ, ਧਰਮ ਦੀਆਂ ਗੱਲਾਂ ਨੂੰ ਕਿਨਾਰਾ ਕਰ ਜਾਣ, ਦੂਸਰੇ ਪਾਸੇ ਨੂੰ ਚਲੇ ਜਾਣ, ਕਲਯੁੱਗ ਦੇ ਕਹੇ ਅਨੁਸਾਰ ਜਿਹੜੇ ਕਲਯੁੱਗ ਦੇ ਲੱਛਣ ਨੇ ਸਿੱਖ ਉਹਨਾਂ ਵੱਲ ਨੂੰ ਤੁਰ ਪਵੇ, ਤਾਂ ਭਾਈ ਸਿੱਖ ਪ੍ਰਮਾਣ ਨਹੀਂ ਉਹਦਾ ਪਿਆਰ ਟੁੱਟਿਆ ਹੀ ਹੋਇਆ, ਉਹ ਗੁਰੂ ਦੇ ਨਾਲ ਜੁੜਿਆ ਵੀ ਨਹੀਂ ਤਾਂ ਟੁੱਟਿਆ, ਨਾਲ ਮਾੜਾ ਮੋਟਾ ਜੁੜ ਕੇ ਟੁੱਟ ਗਿਆ। ਇਹਨਾਂ ਪ੍ਰੇਮ ਵਿਛੋ ਹਰ ਸਾਜਨ ਪੁਰਖ ਪਸਾਰ ਕੇ ਲੱਗੀ ਮਾਇਆ, ਸਭ ਮਾਇਆ ਦੇ ਪ੍ਰਭਾਵ ਥੱਲੇ ਆ ਕੇ ਟੁੱਟ ਗਿਆ। ਅੱਜ ਤੁਸੀਂ ਦੇਖੋ ਬੜੇ ਬੜੇ ਗੁਰਸਥਾਨਾਂ 'ਤੇ ਭਾਈ ਆਪਣੇ ਘਰਾਂ ਵਿੱਚ ਵੀ ਮਾਇਆ ਦੀ ਦੌੜ ਲੱਗੀ ਹੋਈ, ਚਾਹੇ ਕਿਸੇ ਨੂੰ ਅਰਬਾਂ ਖਰਬਾਂ ਰੁਪਈਆ ਹੋਵੇ,
ਉਹਦੀ ਵੀ ਦੌੜ ਲੱਗੀ ਹੋਈ ਹੈ। ਕਿੱਥੇ ਲੜਾਈ ਹੈ ਮਾਇਆ ਦੀ? ਸਤਿਗੁਰੂ ਜੀ ਕਹਿੰਦੇ ਮਾਇਆ ਲੱਗੀ ਮਾਇਆ ਨੂੰ, ਪੁੱਤਰ ਕਲੰਕਰ ਨਾ ਸੰਗਤ ਨਾ ਹਰੇ ਵਿਨਾਸੀ ਹੋ। ਪੁੱਤਰ ਜਾਂ ਇਸਤਰੀ ਪੁੱਤਰ ਕਲੰਕਰ ਨਾ ਸੰਗਤ ਹਰੇ ਵਿਨਾਸੀ। ਇਹ ਜਿਹੜੀਆਂ ਚੀਜ਼ਾਂ ਸੰਗ ਨੂੰ ਇਹ ਗਿਣਦਾ ਨਾ, ਪੁੱਤਰਾਂ ਨੂੰ ਇਸਤਰੀ ਨੂੰ ਧਨ ਨੂੰ, ਇਹ ਕਹਿੰਦੇ ਸੰਗ ਨਹੀਂ। ਸੰਗਤ ਨਾ ਹਰੇ ਵਿਨਾਸੀ ਹੋ, ਉਹ ਪਰਮੇਸ਼ਰ ਨਿਰੰਕਾਰ ਸਦਾ ਵਾਸਤੇ ਵਿਨਾਸੀ ਆ, ਉਹ ਖਤਮ ਨਹੀਂ ਹੁੰਦਾ। ਬਾਕੀ ਸਾਰੇ ਸੰਬੰਧ ਟੁੱਟ ਜਾਂਦੇ ਨੇ ਮਨੁੱਖ ਦੇ, ਪਰ ਇੱਕ ਪਰਮੇਸ਼ਰ ਨਾਲ ਸੰਬੰਧ ਜੋੜਿਆ ਹੋਇਆ, ਉਹ ਨਾ ਨਾਸ ਹੋਣ ਵਾਲਾ ਪਰਮੇਸ਼ਰ ਹੈ। ਹਰ ਅਵਿਨਾਸੀ ਹੋ, ਪੰਚ ਪੰਚ ਸਗਲੀ ਹੋਈ, ਝੂਠੇ ਕੰਦੇ ਹੋ, ਸਾਰਾ ਸੰਸਾਰ ਪੰਚ ਪੰਚ। ਜਿਸ ਤਰ੍ਹਾਂ ਕੋਈ ਸਤਿਗੁਰੂ ਜੀ ਕਹਿੰਦੇ ਪੰਚ ਪੰਚ ਸਗਲੀ ਹੋਈ, ਝੂਠੇ ਕੰਦੇ ਹੋ, ਇੱਕ ਸਾਰ ਕੇ ਨਾਮ ਦੇ ਲੱਗੇ ਲਈਏ ਹੋ। ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅੱਗੇ ਤੀਰਥ ਬੰਦ ਜਿੰਨੇ ਦਾਨ ਕੀਤੇ ਹੋਏ ਸਾਰੇ ਰਸਤੇ ਵਿੱਚ ਖੋਲੇ ਜਾਂਦੇ। ਜਿਸ ਤਰ੍ਹਾਂ ਕਿਸੇ ਮਾਸਟਰ ਦੀ ਕੋਈ ਪੜ੍ਹਾਈ ਨਹੀਂ ਖੋਲ ਸਕਦਾ, ਕੋਈ ਕਿਸੇ ਦਾ ਬਹੁਤ ਵਿਦਵਤਾ ਹੋਵੇ ਖੋ ਨਹੀਂ ਸਕਦਾ, ਅਤੇ ਉਹਦੇ ਕੋਲੋਂ ਪੈਸੇ ਤਾਂ ਖੋਏ ਜਾ ਸਕਦੇ, ਕਿਸੇ ਕੋਲੋਂ ਸੋਨਾ ਖੋਇਆ ਜਾ ਸਕਦਾ, ਉਹਦੇ ਕੱਪੜੇ ਖੋਏ ਜਾ ਸਕਦੇ, ਪਰ ਉਹਦਾ ਗਿਆਨ ਨਹੀਂ ਖੋਇਆ ਜਾ ਸਕਦਾ। ਜਿਸ ਮਨੁੱਖ ਦੇ ਅੰਦਰ ਪਰਮੇਸ਼ਰ ਦਾ ਨਾਮ ਹੈ, ਜਿਸ ਪਰਮੇਸ਼ਰ ਜਿਸ ਮਨੁੱਖ ਦੇ ਅੰਦਰ ਪਰਮੇਸ਼ਰ ਦੀ ਬਖਸ਼ਿਸ਼ ਹੈ, ਉਹਨੂੰ ਕੋਈ ਨਹੀਂ ਖੋ ਸਕਦਾ। ਅੱਗੇ ਦਿੱਤੇ ਹੋਰ ਲੈਲੋ ਵਿਸਾਰ ਪੁੱਛਣਾ ਪ੍ਰਭ ਬਿਨਾਂ ਪਰ ਨਾ ਕੋਏ, ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਹੋਏ। ਜਿਹੜੇ ਪਰਮੇਸ਼ਰ ਦੇ ਚਰਨਾਂ ਨਾਲ ਪੁਰਸ਼ ਲੱਗੇ ਹੋਏ ਨੇ, ਉਹਨਾਂ ਦੀ ਭਾਈ ਉਪਦੇਸ਼, ਉਹਨਾਂ ਦੇ ਵਚਨ, ਉਹਨਾਂ ਦੀ ਜੋ ਵੀ ਰੀਤੀ ਹੈ ਉਹ ਨਿਰਮਲ ਹੈ। ਤਿੰਨ ਕੀ ਨਿਰਮਲ ਹੋਏ, ਵੈਸਾਖ ਸਾਹਿਬਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ। ਵੈਸਾਖ ਸਾਹਿਬਾ ਸਤਿਗੁਰੂ ਜੀ ਕਹਿੰਦੇ ਤਾਂ ਆ ਭਾਈ ਕਿਸੇ ਨੂੰ ਸੰਤ ਦਾ ਮਿਲਾਪ ਹੋ ਜਾਵੇ। ਹੁਣ ਤਾਂ ਵੈਸੇ ਦੁਨੀਆਂ ਨੂੰ ਇਹ ਗੱਲ ਹੋ ਗਈ ਵੀ ਸਾਧੂ ਕੋਈ ਹੈ ਹੀ ਨਹੀਂ, ਗੁਰਮੁਖ ਦਿਨ ਸਾਧੂ ਨਹੀਂ ਹੋਣਾ ਦੁਨੀਆਂ ਲਈ। ਇਹ ਨਹੀਂ ਤੇ ਆਪਣੀਆਂ ਅੱਖਾਂ ਕਿਸੇ ਮਨੁੱਖ ਦੇ ਮੋਤੀਆ ਉਤਰਿਆ ਆ, ਉਹ ਕਹੇ ਸੰਸਾਰ ਹੈ ਹੀ ਨਹੀਂ, ਇਹ ਉਹਦੀਆਂ ਅੱਖਾਂ 'ਚ ਕੋਈ ਖਰਾਬ ਹੋ ਸਕਦੀਆਂ? ਇਹ ਨਹੀਂ ਤਾਂ ਸੰਸਾਰ ਖਤਮ ਹੋ। ਜਿਹਨੂੰ ਆਪਣੀ ਨਿਗਾਹ ਨਹੀਂ ਕੋਈ ਸਾਧੂ ਨਹੀਂ ਮਿਲਿਆ, ਉਹਨੂੰ ਇਹ ਨਹੀਂ ਵੀ ਸਾਧੂ ਮੁੱਕ ਗਏ ਦੁਨੀਆਂ ਵਿੱਚ, ਸਾਧੂ ਮੁੱਕੇ ਨਹੀਂ ਹੈ। ਆਪਣੀ ਮਨੁੱਖ ਦੀ ਬਿਰਤੀ ਉਦਾਂ ਦੀ ਹੋ ਜਾਂਦੀ ਹੈ, ਅਤੇ ਉਹ ਸਾਧੂ ਦੀ ਪਛਾਣ ਨਹੀਂ, ਉਹ ਸਾਧੂਆਂ ਨੂੰ ਆਪਣੇ ਸਰੂਪ ਵਰਗੇ ਸਮਝੀ ਜਾਂਦਾ ਕਿ ਜਿਸ ਤਰ੍ਹਾਂ ਮੈਂ ਹਾਂ ਉਹ ਔਕੜ ਵੀ ਨਹੀਂ ਜਾਂਦਾ ਉਹਨਾਂ ਸਾਧੂਆਂ ਨਹੀਂ। ਗੁਰਮੁਖ ਪਿਆਰ ਸਾਧੂ ਤੋਂ ਬਿਨਾਂ ਤਾਂ ਸਤਿਗੁਰੂ ਜੀ ਕਹਿੰਦੇ ਮੈਂ ਸਾਖ ਸੁਭਾਵਾ ਤਾਂ ਲੱਗਾ। ਇਸ ਮਹੀਨੇ ਦਾ ਉਪਦੇਸ਼ ਹੈ ਕਿ ਉਸ ਮਨੁੱਖ ਨੂੰ ਵਿਸਾਖ ਦਾ ਮਹੀਨਾ ਸੋ ਮਹੀਨ ਹੈ ਜਾਂ ਸੰਤ ਭੇਟੇ ਹਰ ਕਿਸੇ ਨੂੰ ਮਹਾਤਮਾ ਦਾ ਸੰਤ, ਕਿਸੇ ਨੂੰ ਰੱਬ ਦੇ ਪਿਆਰੇ ਦਾ ਸੰਤ। ਜਿਹਨ ਕੋ ਸਾਧੂ ਭੇਟੀ ਹੈ ਜ਼ਿੰਦਗੀ ਨਿਰਮਲ ਸੋਏ, ਮੈਂ ਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ। ਸਤਿਗੁਰੂ ਜੀ ਇਸ ਵਿਸਾਖ ਦੇ ਮਹੀਨੇ ਵਿੱਚ ਉਪਦੇਸ਼ ਨੂੰ ਵਰਤਨ ਦੇ ਮਾਰਾ ਕੋਸ਼ਿਸ਼ ਕਰਦੇ ਆ। ਭਾਈ ਗੁਰਮੁਖ ਪਿਆਰਿਓ, ਇੱਕ ਗੱਲ ਜ਼ਰੂਰ ਚੇਤੇ ਰੱਖ ਕੇ ਲੈ ਜਾਓ, ਜਿੰਨੇ ਤੁਸੀਂ ਬੈਠੇ ਆ, ਮੈਂ ਤਾਂ ਤਕਰੀਬਨ ਹਰੇਕ ਸਟੇਟ 'ਤੇ ਗੱਲ ਕਹਿ ਦਿੰਦਾ ਹੁੰਦਾ ਵੀ ਤੁਸੀਂ ਆਪਣਾ ਜਿਹੜਾ ਖਾਲਸਾ ਹੈ, ਜਿਹੜੇ ਗੁਰੂ ਦੇ ਸਿੱਖ ਹੈ, ਉਹ ਆਪਣਾ ਆਪ ਨਿਆਰਾ ਰੱਖਿਆ ਕਰੋ, ਸੰਸਾਰ ਨਾਲੋਂ ਵੱਖਰੇ ਰਿਹਾ ਕਰੋ। ਭਾਵੇਂ ਸੰਸਾਰ ਵਿੱਚ ਭਗਤ ਵੀ ਵਿਚਰੇ ਨੇ, ਰਾਮਦੇਵ ਜੀ ਦੀ ਪਵਿੱਤਰ ਬਾਣੀ, ਲੋਕਣ ਸਿੰਘ ਅਠਾਠਾ ਬਾਗਾ ਸਾਚ ਨਾਮ ਮੇਰਾ ਮਨ ਰੱਖ, ਲੋਕਾਂ ਦੇ ਨਾਲ ਅਠਾਠਾ ਬਾਗਾ ਭਗਤਾਂ ਨੇ ਜ਼ਰੂਰ ਰੱਖਿਆ, ਪਰ ਬਈ ਪਰਮੇਸ਼ਰ ਦੇ ਨਾਮ ਦੇ ਨਾਲ ਉਹਨਾਂ ਦਾ ਮਨ ਜੁੜਿਆ। ਇਸ ਕਰਕੇ ਪਰਮੇਸ਼ਰ ਦੀ ਮਿਲਣ ਵਾਲੀ ਰੀਤ ਜਿਹੜੀ ਹੈ ਉਹਨੂੰ ਜ਼ਰੂਰ ਬਰਕਰਾਰ ਰੱਖਿਆ। ਸੰਸਾਰ ਨਾਲ ਕਿਸੇ ਨਾਲ ਮਿਲਣ ਦੀ ਮਿਲਣ ਜਾਵੇ, ਸੰਸਾਰ ਨਾਲ ਕਿਸੇ ਦੇ ਟੁੱਟ ਦੀ ਟੁੱਟ ਜਾਵੇ, ਬਈ ਰੱਬ ਨਾਲ ਨਾ ਟੁੱਟੇ। ਇੱਕ ਤਾਂ ਨਿਤਨੇਮ ਨਾ ਛੱਡਿਆ ਕਰੋ, ਤੜਕੇ ਉੱਠ ਕੇ ਇਸ਼ਨਾਨ ਕਰਨਾ ਠੰਡੇ ਪਾਣੀ ਨਾਲ, ਅਤੇ ਠੰਡੇ ਪਾਣੀ ਨਾਲ ਇਸ਼ਨਾਨ ਕਰਕੇ ਬਾਣੀ ਪੜ੍ਹ, ਜਿਹੜਾ ਸਿਆਲ ਨੂੰ ਵੀ ਠੰਡੇ ਪਾਣੀ ਨਾਲ ਨਹੀਂ ਨਹਾਉਂਦਾ। ਅਤੇ ਭਾਈ ਗੁਰਮੁਖ ਪਿਆਰਿਓ, ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਹੁਕਮ ਹੈ ਵੀ ਠੰਡੇ ਪਾਣੀ ਨਾਲ ਨਹਾਉਣਾ, ਜਿਹੜਾ ਕੀਚੜ ਲੱਭਦਾ ਕੀਚੜ ਤਾਂ ਬਿਰਧ ਬੰਦੇ ਨੂੰ ਜਾਂ ਬੱਚਿਆਂ ਨੂੰ ਜਾਂ ਬਿਮਾਰਾਂ ਨੂੰ ਉਹ ਲੈ ਸਕਦੇ, ਨਹੀਂ ਤਾਂ ਰਹਿਤ ਨਾਮਿਆਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰਹਿਤ ਨਾਮੇ ਨੇ, ਉਹ ਵਿੱਚ ਲਿਖਿਆ ਠੰਡੇ ਪਾਣੀ ਜੋ ਵੀ ਨਾਵੈ ਸੋ ਸਿੱਖ ਤਨਖਾਈਆ ਕਹਾ। ਜਿਹੜਾ ਠੰਡੇ ਪਾਣੀ ਨਾਲ ਇਸ਼ਨਾਨ ਕਰਕੇ ਪਾਣੀ ਨਹੀਂ ਫੜਦਾ, ਉਹ ਗੁਰੂ ਦੇ ਦਰ ਦੇ ਪ੍ਰਵਾਨ ਨਹੀਂ। ਭਾਵੇਂ ਉਹ ਆਪਣੇ ਆਪ ਨੂੰ ਕਹੇ ਕਿ ਮੈਂ ਸਿੱਖ ਹਾਂ, ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਿੱਖ 'ਤੇ ਮੋਹਰ ਲਾ ਦੇਣ ਕਿ ਮੇਰਾ ਸਿੱਖ, ਤਾਂ ਸਤਿਗੁਰੂ ਜੀ ਕਹਿੰਦੇ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮ ਲੀਨ ਧੋਤਾ ਅੱਛਾ ਨਾ ਹੋਏ ਸੀ, ਗੁਰੂ ਦੁਆਰੇ ਧੋਏ ਅੱਛਾ ਹੋਏ ਸੀ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ,
ਮਤਿ ਕੋ ਜਾਣੇ ਜਾਏ ਅੱਗੇ ਪਾਏ ਸੀ ਇਹ ਕਰਮ ਕਮਾਏ ਤਿਹਾ ਹੋਏ ਸੀ ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਏ ਸੀ ਚੱਲਿਆ ਮਤਸਿਓ ਜਨਮ ਸਵਾਰ ਮਾਂਜਾ ਪਾਏ ਸੀ ਮਾਣ ਸਿੱਖਿਆ ਬੇਚਾਰਾ ਤੈ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁੱਲ ਕਰ ਸੀ ਸੋ ਗੁਰਮੁਖ ਪਿਆਰਿਓ ਇੱਕ ਜ਼ਰੂਰ ਗੱਲ ਮਹਾਂਪੁਰਸ਼ਾਂ ਦੇ ਸਥਾਨਾਂ ਤੋਂ ਇਹ ਸੇਧ ਮਿਲਦੀ ਹੈ ਇਹ ਵੈਸੇ ਤੁਹਾਨੂੰ ਕਿਤਾਬਾਂ ਵਿੱਚ ਗੱਲ ਨਹੀਂ ਲੱਭਣੀ ਹੈ ਵੀ ਝੂਠ ਨਾ ਖਾਇਓ ਅਤੇ ਇਹ ਗੱਲਾਂ ਤੁਹਾਨੂੰ ਮਹਾਂਪੁਰਸ਼ਾਂ ਦੇ ਸਥਾਨਾਂ ਤੋਂ ਜਿਹੜੇ ਮਹਾਂਪੁਰਸ਼ ਕਾਨੂੰਨ ਬਣਾ ਗਏ ਉਹਨਾਂ ਤੋਂ ਆਪਣੀ ਕਿਤਾਬਾਂ ਸੇਧ ਲੈਣੀ ਹੈ ਅਤੇ ਮਹਾਂਪੁਰਸ਼ਾਂ ਦੇ ਸਥਾਨਾਂ ਦੇ ਕਾਨੂੰਨ ਹੈ ਅਤੇ ਸੋਚ ਮ ਰੱਖਣੀ ਉਹ ਨਾਨਕ ਸੱਚ ਭਜਾਈਏ ਸੁੱਚ ਹੋਵੇ ਤਾਂ ਸੱਚ ਅਤੇ ਬਾਕੀ ਜੇ ਝੂਠ ਦੀ ਗੱਲ ਤੁਸੀਂ ਕਰਦੇ ਹੋ ਜਿੱਦਾਂ ਜਿਹੜੀ ਜਗ੍ਹਾ 'ਤੇ ਥਾਲ ਸੁੱਟਦੇ ਹਾਂ ਆਪਾਂ ਜੂਠੇ ਉਹਨਾਂ ਨੂੰ ਕੁਛ ਲੱਗਾ ਨਹੀਂ ਹੁੰਦਾ ਪਵਿੱਤਰ ਦਾਲ ਸਬਜ਼ੀ ਹੁੰਦੀ ਆ ਕੋਈ ਬੰਦਿਆਂ ਦੇ ਮੂੰਹ ਦੇ ਵਿੱਚੋਂ ਚਾਂਚਾ ਨਿਕਲ ਕੇ ਆਇਆ ਹੁੰਦਾ ਇੰਨੀ ਦੇ ਪਰ ਉਹਦੇ ਵਿੱਚ ਕਿਸੇ ਨੂੰ ਮੂੰਹ ਵਿੱਚ ਚੂਣੀ ਭਰ ਕੇ ਪੀਲਾ ਤਾਂ ਪੀਂਦਾ ਨਹੀਂ ਉਹਨੂੰ ਇੰਨੀ ਪਾਣੀ ਸਮਝਦੇ ਇਸ ਕਰਕੇ ਗੁਰਮੁਖੋ ਝੂਠ ਦਾ ਧਿਆਨ ਰੱਖਿਆ ਕਰੋ ਜਿਹੜੇ ਕਹਿੰਦੇ ਸਾਡੇ ਪਾਣੀ ਵਿੱਚ ਮਨ ਨਹੀਂ ਲੱਗਦਾ ਨਾਮ ਵਿੱਚ ਮਨ ਨਹੀਂ ਲੱਗਦਾ ਸਾਡੀ ਮਨ ਮਿਰਦੀ ਟਿਕਾਅ ਵਿੱਚ ਨਹੀਂ ਆਉਂਦੀ ਜਿਹਦੀ ਟਿਕਾਅ ਵਿੱਚ ਨਹੀਂ ਨਾ ਆਉਂਦੀ ਉਹ ਪਰਹੇਜ਼ ਰੱਖੋ ਗੁਰੂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੇ ਕਥਨ ਅਨੁਸਾਰ ਮਹਾਂਪੁਰਸ਼ਾਂ ਦੇ ਕਥਨ ਅਨੁਸਾਰ ਉਹ ਆਪਣੀ ਝੂਠ ਦਾ ਤਿਆਗ ਕਰੋ ਭਾਈ ਸੁੱਚਾ ਭੋਜਨ ਗੁਰੂ ਛਕੋਗੇ ਮਨ ਵੀ ਸੁੱਚਾ ਜੇ ਝੂਠਾ ਭੋਜਨ ਛਕੋਗੇ ਤੁਹਾਡੀ ਮਨ ਮਿਰਦੀ ਮਲੀਨ ਹੋ ਇਸ ਕਰਕੇ ਪਹਿਲਾ ਸਟੈਂਡ ਇਹੀ ਆ ਉਹਦੇ ਤੋਂ ਬਾਅਦ ਮੈਂ ਹੌਲੀ ਹੌਲੀ ਜਿਹੜੀਆਂ ਮਹਾਂਪੁਰਸ਼ਾਂ ਦੀਆਂ ਨੀਤੀਆਂ ਨੇ ਪਹਿਲਾਂ ਸ਼ੁਰੂਆਤ ਖਤਮ ਕਰੋ ਅਤੇ ਆਪਾਂ ਝੂਠ ਨਹੀਂ ਖਾਣੀ ਹੁਣ ਤਕਰੀਬਨ ਤੁਸੀਂ ਸਾਰੇ ਪੈਰ ਸਾਹਮਣੇ ਝੂਠੇ ਖਾਣੇ ਰੋਜ਼ ਹੀ ਕਿਸੇ ਨਾ ਕਿਸੇ ਦਾ ਭੋਗ ਜਾਂ ਕਿਸੇ ਦਾ ਵਿਆਹ ਜਾਂ ਹੁੰਦੇ ਤੁਸੀਂ ਸਾਰੇ ਝੂਠੇ ਖਾ ਕੇ ਆਉਂਦੇ ਅਤੇ ਮਨ ਮਿਰਦੀ ਤਾਂ ਟਿਕਣੀ ਨਹੀਂ ਕੋਈ ਮਿਰਦਾ ਮਿਰਲਾ ਹੀ ਬੰਦਾ ਹੋਊਗਾ ਜਿਹੜਾ ਪਾਈ ਇਹ ਤੋਂ ਰਹਿਤ ਹੋਊਗਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਖੰਦਰ ਵਿੱਚ ਬੜੇ ਬੜੇ ਵਿਵੇਕੀ ਵਿਵੇਕ ਛੱਡ ਜਾਂਦੇ ਸੀ ਆ ਕੇ ਇੰਨੀ ਪਵਿੱਤਰਤਾਈ ਸੀ ਉਹਨਾਂ ਲਾਂਗਰੀਆਂ ਦੀ ਜਿਹੜੇ ਵਰਤਾਉਣ ਵਾਲੇ ਆ ਉਹਨਾਂ ਦੀ ਪਵਿੱਤਰਤਾਈ ਰੱਖਣੀ ਇਸ ਕਰਕੇ ਗੁਰਮੁਖ ਪਿਆਰਿਓ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਰਸਨਾਂ ਦੁਆਰਾ ਉਚਾਰਿਆ ਹੋਇਆ 12 ਮਹਾਂ ਉਹਦੀ ਜਿਹੜੀ ਮਤ ਬੁੱਧੀ ਮਹਾਂਪੁਰਸ਼ਾਂ ਨੇ ਬਖਸ਼ਿਸ਼ ਕੀਤੀ ਆ ਉਸ ਮਤ ਬੁੱਧੀ ਦੇ ਅਨੁਸਾਰ ਜੋ ਸਤਿਗੁਰੂ ਜੀ ਨੇ ਬਖਸ਼ਿਆ ਹੈ ਉਹਦੇ ਅਨੁਸਾਰ ਆਪ ਜੀ ਨੇ ਬਚਨ ਸਾਂਝੇ ਕੀਤੇ ਨੇ ਬਾਕੀ ਮੈਂ ਸਾਰਿਆਂ ਇਹਦੀ ਸੰਗਤ ਆਈ ਹੈ ਬੇਨਤੀ ਕਰਦਾ ਆਪ ਜੀ ਨੂੰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਗੜ੍ਹ ਸ਼ੰਕਰ ਵਿਖੇ ਬਾਬਾ ਜਵਾਲਾ ਸਿੰਘ ਜੀ ਦੇ ਪਰਿਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਸਾਰੀ ਸੰਗਤ ਨੂੰ ਬੇਨਤੀ ਆ ਭਾਈ ਉੱਥੇ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ 'ਤੇ ਜ਼ਰੂਰ ਪਹੁੰਚਣਾ ਬਾਕੀ ਸਾਰੀ ਸੰਗਤ ਜਿੰਨੇ ਵੀ ਗੁਰਮੁਖ ਪਿਆਰੇ ਰਾਗੀ ਢਾਡੀ ਆਏ ਨੇ ਗੁਰਮੁਖ ਪਿਆਰੇ ਕਥਾ ਪਾਠਕ ਆਏ ਨੇ ਉਹਨਾਂ ਦੇ ਬਚਨ ਦੀ ਸਰਵਣ ਕਰੋ ਦਾਸ ਦੀ ਸੇਵਾ ਪ੍ਰਵਾਨ ਇੰਨੀ ਸੰਗਤ ਆਈ ਆ ਭਾਈ ਇਹ ਰੌਲੇ ਦਾ ਰਸ ਨਹੀਂ ਕੱਢਣੀ ਚਾਹੀਦੀ ਹਰ ਇੱਕ ਬੰਦਾ ਇਹ ਗੱਲ ਸੋਚ ਲਵੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਹੈ ਜਦੋਂ ਕੋਈ ਰੱਬ ਦੀ ਗੱਲ ਚੱਲਦੀ ਹੋਵੇ ਨਾ ਜਿਹੜਾ ਕੋਈ ਵਿੱਚ ਆਪਣੀਆਂ ਗੱਲਾਂ ਸ਼ੁਰੂ ਕਰ ਦੇਵੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਕਿ ਉਹ ਜੰਮ ਦੇ ਮੰਦੇ ਤੋਂ ਬਚੂਗਾ ਇਹ ਆ ਕੇ ਜੇ ਰੌਲਾ ਰੱਦਾ ਪਾਉਂਦੇ ਆ ਨਾ ਇਹ ਉਲਟਾ ਆਪਣੇ ਸਿਰ ਭਾਰ ਚੜ੍ਹ ਕੇ ਚਲੇ ਅਤੇ ਹਰ ਜਸ ਕਰਦੇ ਬਾਤ ਚਲਾਵੇ ਕਹੇ ਗੋਬਿੰਦ ਸਿੰਘ ਬੰਦਾ ਜੰਮਪੁਰ ਜਾ ਹਰੀ ਦਾ ਜਸ ਕਰਦੇ ਆ ਕੋਈ ਗੱਲਾਂ ਸ਼ੁਰੂ ਕਰ ਦੇਵੇ ਸਤਿਗੁਰੂ ਜੀ ਕਹਿੰਦੇ ਬੰਦਾ ਹੋਇਆ ਜੰਮਪੁਰੀ ਨੂੰ ਚਲੇ ਇਸ ਕਰਕੇ ਸਤ ਸੰਗਤ ਵਿੱਚ ਆ ਕੇ ਆਪਣੀਆਂ ਗੱਲਾਂ ਬਾਹਰੇ ਛੱਡ ਕੇ ਆ ਜਾਣਾ ਚਾਹੀਦੀਆਂ ਤਾਂ ਜੇ ਕਿਸੇ ਦੇ ਕਰਮਾਂ ਦੀ ਪਛਾਣ ਕਰਨੀ ਹੋਵੇ ਫਿਰ ਬੰਦੇ ਦੇ ਕਰਮ ਵੱਡੇ ਨੇ ਭਾਗ ਵੱਡੇ ਨੇ ਕੋਈ ਮਾੜੇ ਨੇ ਤਾਂ ਤੁਹਾਨੂੰ ਇੱਦਾਂ ਨਹੀਂ ਪਤਾ ਲੱਗੂਗਾ ਕਿ ਪੈਸੇ ਜ਼ਿਆਦਾ ਅਤੇ ਕਰਮ ਵੱਡੇ ਆ ਤੁਹਾਨੂੰ ਕਰਮ ਪਤਾ ਲੱਗੂਗਾ ਤੁਸੀਂ ਸਤ ਸੰਗਤ ਵਿੱਚ ਚਲੇ ਮਹਾਂਪੁਰਸ਼ਾਂ ਦਾ ਪ੍ਰਮਾਣ ਹੈ ਭਾਗ ਕਰਮਹੀਣ ਜੇ ਖੇਤੀ ਕਰੇ ਮੀਂਹ ਪਵੇ ਜਾਂ ਹੋੜੇ ਕਰੇ ਜਾਂ ਐਨ ਪੈ ਕੇ ਫਸਲ ਖਰਾਬ ਹੋ ਜਾਂ ਮੀਂਹ ਨਾ ਖਰਾਬ ਹੋ ਕਰਮਹੀਣ ਜੇ ਹੱਡੀ ਕਰੇ ਘਾਟਾ ਪਵੇ ਜਾਂ ਉਧਾਰ ਚੜ੍ਹੇ ਕਰਮਹੀਣ ਸਤ ਸੰਗਤ ਕਰੇ ਜਾਂ ਸੋਵੇ ਜਾਂ ਗੱਲਾਂ ਕਰੇ ਇਹ ਤਿੰਨ ਦੋ ਗੱਲਾਂ ਕਰਮਹੀਣ ਦੀਆਂ ਤਾਂ ਤੁਲਸੀਦਾਸ ਜੀ ਕਹਿੰਦੇ ਤੁਲਸੀ ਮੂਲ ਵਿਕਰਮ ਤੇ ਹਰ ਜਸ ਸੁਣਿਆ ਨਾ ਜਾਏ ਕਹਿ ਉਹਨੇ ਕਿਉਂ ਚੱਲੇ ਕਹਿ ਔਰੇ ਬਾਤ ਚਲਾਏ ਕਹਿੰਦੇ ਜੇ ਕਰਮ ਬਲੰਦ ਨਾ ਹੋਵੇ ਤਾਂ ਹਰੀ ਦਾ ਜਸ ਸੁਣਿਆ ਨਹੀਂ ਜਾ ਸਕਦਾ ਸੋ ਇਸ ਕਰਕੇ ਸਤ ਸੰਗਤ ਵਿੱਚ ਜਾ ਕੇ ਆਪਣੀਆਂ ਗੱਲਾਂ ਨਾਲ ਕਰਿਆ ਕਰੋ ਆ ਬੀਬੀਆਂ ਨੇ ਤਾਂ ਪੂਰਾ ਕਰਜ਼ ਰੱਖਿਆ ਹੀ ਨਹੀਂ ਕਿ ਸੁਣਨੀ ਕਿਸੇ ਦੀ ਗੱਲ ਅਤੇ
ਤੁਹਾਨੂੰ ਸੁਣਨੇ ਵਿੱਚ ਵੀ ਤੰਗੀ ਹੁੰਦੀ ਆ, ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਰਾਡੀ ਢਾਡੀ ਆਏ ਤੁਹਾਨੂੰ ਕੁਛ ਸੁਣਾਉਣ ਵਾਸਤੇ, ਤੁਹਾਡਾ ਸੁਣਨ ਵਾਸਤੇ ਨਹੀਂ ਆਏ, ਮੈਂ ਰੌਲਾ ਰੌਲਾ ਸੁਣਨ ਲਈ ਨਹੀਂ ਆਏ, ਇਹ ਤੁਹਾਨੂੰ ਸੁਣਾਉਣ ਆਏ ਗੁਰੂ ਦੀ ਗੱਲ, ਅਤੇ ਗੁਰੂ ਦੀ ਗੱਲ ਜ਼ਰੂਰ ਸੁਣੋ, ਜਿਹੜਾ ਗੁਰੂ ਦੀ ਗੱਲ ਨਹੀਂ ਸੁਣਦਾ ਉਹ ਕਿਸੇ ਦੀ ਵੀ ਨਹੀਂ ਸੁਣਦਾ। ਇਸ ਕਰਕੇ ਭਾਈ ਮੇਰੀ ਬੇਨਤੀ ਆ ਸਾਰਿਆਂ ਨੂੰ, ਜਿਹਨੇ ਗੱਲਾਂ ਕਰਨੀਆਂ ਬਾਹਰ ਕਰ ਲਓ, ਬਾਹਰ ਖੁੱਲ੍ਹਾ ਹੀ ਹੈ, ਉੱਥੇ ਕਰ ਲਓ। ਇਸ ਕਰਕੇ ਇਸ ਪੰਡਾਲ ਵਿੱਚ ਸ਼ਾਂਤੀ ਰੱਖੋ ਭਾਈ, ਕਲਯੁੱਗ ਨੂੰ ਨਾ ਬਣ ਦਿਓ ਇੱਥੇ, ਇਹ ਕਲਯੁੱਗ ਦਾ ਪ੍ਰਭਾਵ ਹੈ ਜਿਹੜਾ ਰੌਲਾ ਰੱਖਣਾ। ਇਸ ਕਰਕੇ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਕਿਰਪਾ ਕਰਨ, ਸਾਰੀ ਸੰਗਤ ਰਾਸ ਦੀ ਫਤਿਹ ਪਰਿਵਾਰ ਗੁਰੂ ਜੀ।